ਹਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਆਪਣਾ ਜਿਹੜਾ ਨੋਰਮਲ ਸਾਰਿਆਂ ਦੇ ਦਿਮਾਗ 'ਚ ਡਾਊਟ ਹੈ ਕਿ ਬੁਲਟ ਦੇ ਉੱਤੇ ਸਲੰਸਰ ਕਿਹੜਾ ਲਾਇਆ ਜਾਵੇ, ਠੀਕ ਹੈ? ਜੇ ਤਾਂ ਬੁਲਟ ਦਾ ਸਲੰਸਰ ਚੇਂਜ ਨਹੀਂ ਕਰਵਾਉਂਦੇ ਤਾਂ ਬੁਲਟ ਵਾਲੀ ਫੀਲਿੰਗ ਨਹੀਂ ਆਉਂਦੀ, ਜੇ ਚੇਂਜ ਕਰਵਾ ਲੈਂਦੇ ਤਾਂ ਪੁਲਿਸ ਵਾਲਿਆਂ ਦਾ ਡਰ ਲੱਗਦਾ, ਠੀਕ ਹੈ? ਅੱਜ ਇੱਕ ਤੁਹਾਨੂੰ ਸਲੰਸਰ ਦਿਖਾਉਣ ਜਾ ਰਿਹਾ ਜਿਹੜਾ ਲੋਕਲੀ ਈਜ਼ਲੀ ਅਵੇਲੇਬਲ ਹੈ ਅਤੇ ਵਰਥ ਇਟ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ। ਤੁਹਾਨੂੰ ਸਲੰਸਰ ਸੁਣਾਉਣਾ ਦਿਖਾਉਣਾ ਨਾਲੇ ਉਹਦੀ ਆਵਾਜ਼। ਮੇਰਾ ਬੁਲਟ ਗਨ ਮੈਟਲ ਗਰੇ 350, ਇੱਕ ਮਹੀਨਾ ਹੋਇਆ ਇਹਨੂੰ ਲਏ ਨੂੰ। ਅਤੇ ਇਹ 'ਤੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਢੋਲਕੀ ਲਵਾਈ ਹੋਈ ਹੈ ਅਤੇ ਇਹਦਾ ਬੈਂਡ ਕੰਪਨੀ ਵਾਲਾ ਹੀ ਆ, ਜਿਹੜਾ PS4 ਦੇ ਵਿੱਚ ਬੈਂਡ ਆਉਂਦਾ ਉਹਦੇ ਵਿੱਚ ਐਕਸਟਰਾ ਫਿਲਟਰ ਨੇ, ਜਿਹਦੇ ਕਰਕੇ ਇਹਦੀ ਜਿਹੜੀ ਨੋਇਜ਼ ਆ ਉਹ ਬਹੁਤ ਲੈਵਲ 'ਚ ਆ। ਅਗਰ ਤੁਸੀਂ ਇਹਦੀ ਬੈਂਡ ਚੇਂਜ ਕਰਵਾਉਂਦੇ ਹੋ ਤਾਂ ਆਵਾਜ਼ ਨੋਇਜ਼ ਵੱਜ ਜਾਂਦੀ ਹੈ, ਲੇਕਿਨ ਉਹ ਆਵਾਜ਼ ਨਹੀਂ ਬਣਦੀ। ਅਗਰ ਤੁਹਾਨੂੰ ਐਕਚੁਅਲ ਦੇ ਵਿੱਚ ਦੁੱਖ ਦੁੱਖ ਚਾਹੀਦੀ ਆ ਤਾਂ ਤੁਹਾਨੂੰ ਪੁਰਾਣਾ ਬੁਲਟ ਹੀ ਲੈਣਾ ਪੈਣਾ, ਨਹੀਂ ਤੁਹਾਨੂੰ ਆਵਾਜ਼ ਸੁਣਾਉਣਾ। ਅਗਰ ਤੁਸੀਂ ਇਹਦੇ ਪਟਾਕਾ ਮਾਰਨ ਦੀ ਟਰਾਈ ਵੀ ਕਰੋਗੇ ਤਾਂ ਉਹ ਵੀ ਤੁਹਾਨੂੰ ਦਿਖਾ ਦਿੰਦਾ। ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ਸਲੰਸਰ ਮਿਲ ਜਾਣੇ ਆ, ਬਜੂਕਾ, ਕੋਬਰਾ, ਜੇ ਵੋ, ਲੇਕਿਨ ਜਿਹੜੀ ਬੁਲਟ ਦੀ ਅਸਲੀ ਆਵਾਜ਼ ਹੈ ਉਹ ਪੰਜਾਬੀ ਸਲੰਸਰ 'ਚ ਹੀ ਹੈ, ਸ਼ੋਰਟ ਬੋਟਲ ਪੰਜਾਬੀ ਸਲੰਸਰ, ਠੀਕ ਹੈ? ਤੁਸੀਂ ਆਹ ਲਾ ਸਕਦੇ ਹੋ। ਪੁਲਿਸ ਵਾਲੇ ਮੇਨਲੀ ਕੀ ਚੈੱਕ ਕਰਦੇ ਨੇ ਕਿ ਬੁਲਟ ਪਟਾਕਾ ਨਾ ਮਾਰੇ, ਇਹ ਪਟਾਕਾ ਨਹੀਂ ਮਾਰਦਾ, ਠੀਕ ਹੈ? 550 ਸਲੰਸਰ ਲਿਆ ਸੀ ਮੈਂ ਇਹ, ਅਤੇ ਸਭ ਤੋਂ ਵੱਧ ਦਿਮਾਗ 'ਚ ਲੋਕਾਂ ਦੇ ਰਹਿੰਦੀ ਹੈ ਕਿ ਐਵਰੇਜ ਉਵਰੇਜ ਕਿੰਨੀ ਘੱਟਦੀ ਹੈ, ਮੈਨੂੰ ਤਾਂ ਕਦੇ ਫੀਲ ਨਹੀਂ ਹੋਇਆ ਕਿ ਐਵਰੇਜ ਘੱਟ ਗਈ ਇਹਦੀ, ਠੀਕ ਹੈ? 19 ਕੀ ਪਹਿਲਾਂ ਦਿੰਦਾ ਸੀ, 40-40 ਦੀ, 40 ਦੀ ਹੁਣ ਦਿੰਦਾ। ਆਪਾਂ ਬੁਲਟ ਬਾਰੇ ਗੱਲ ਕਰਨੀ, ਬੁਲਟ ਦੇ ਸਲੰਸਰ ਬਾਰੇ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ, ਜਿਹ 'ਚ ਆਪਾਂ ਕੋਈ ਨਵੇਂ ਟੋਪਿਕ 'ਤੇ ਗੱਲ ਕਰਾਂਗੇ। ਹੁਣ ਤੱਕ ਦੇ ਲਈ ਇੰਨਾ ਹੀ ਹੈ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਵੀਡੀਓ, ਵੱਧ ਤੋਂ ਵੱਧ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ। ਥੈਂਕ ਯੂ।